ਸਤਿ ਸ਼੍ਰੀ ਅਕਾਲ ਜੀ ਮੈਂ ਅਫਤਾਰ ਸਿੰਘ ਸ਼ੇਰਗਿੱਲ ਅਜੀਤ ਵੈਬ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਥੋੜੇ ਸਮੇਂ ਦੇ ਵਿੱਚ ਹੀ ਪੰਜ ਰਾਜਾਂ ਦੀਆਂ ਚੋਣਾਂ ਦਾ ਐਲਾਨ ਹੋਣਾ ਆ ਜਿਸ ਨੂੰ ਲੈ ਕੇ ਸਰਗਰਮੀਆਂ ਬੜੀਆਂ ਤੇਜ਼ੀ ਨਾਲ ਚੱਲ ਰਹੀਆਂ ਪ੍ਰਧਾਨ ਮੰਤਰੀ ਦਾ ਵੀ ਲਗਾਤਾਰ ਉਹਨਾਂ ਰਾਜਾਂ ਦੇ ਵਿੱਚ ਦੌਰਾ ਚੱਲ ਰਿਹਾ ਵੱਖ-ਵੱਖ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖੇ ਜਾ ਰਹੇ ਆ ਕਰੋੜਾਂ ਅਰਬਾਂ ਦੇ ਪ੍ਰੋਜੈਕਟ ਉੱਥੇ ਚਲਾਉਣੇ ਸ਼ੁਰੂ ਕਰ ਦਿੱਤੇ ਜਾ ਰਹੇ ਆ ਉਹਨਾਂ ਪ੍ਰੋਜੈਕਟਾਂ ਦਾ ਕਈਆਂ ਦਾ ਐਲਾਨ ਕੀਤਾ ਜਾ ਰਿਹਾ ਇਹਨਾਂ ਦੇ ਵਿੱਚ ਮਧ ਪ੍ਰਦੇਸ਼ ਰਾਜਸਥਾਨ ਛਤੀਸਗੜ ਇਹ ਜਿਹੜੇ ਮੁੱਖ ਰਾਜ ਆ ਜਿਹੜੇ ਕਿ ਵੱਡੇ ਮੰਨੇ ਜਾਂਦੇ ਆ ਤੇ ਜੇ ਮੈਂ ਕਹਾ ਕਿ ਇਹਨਾਂ ਰਾਜਾਂ ਦੀਆਂ ਹੋਣ ਵਾਲੀਆਂ ਚੋਣਾਂ ਇਹ 2024 ਦੀਆਂ ਲੋਕ ਸਭਾ ਚੋਣਾਂ ਦਾ ਸੈਮੀਫਾਈਨਲ ਹੋਵੇਗਾ ਤਾਂ ਕੋਈ ਗਲਤ ਨਹੀਂ ਹੋਵੇਗੀ ਕਿਉਂਕਿ ਇਹ ਟ੍ਰੈਂਡ ਜਿਹੜਾ ਹੁਣ ਨਵਾਂ ਬਣਿਆ ਇੰਡੀਆ ਅਲਾਇੰਸ ਵਰਸਸ ਐਨਡੀਏ ਉਸ ਟ੍ਰੈਂਡ ਦੇ ਵਿੱਚ ਇਹ ਸਾਬਤ ਹੋਵੇਗਾ ਜੇ 24 ਦੇ ਵਿੱਚ ਜਿਹੜਾ ਕਿ ਸਰਕਾਰ ਕੇਂਦਰ ਚ ਕੌਣ ਬਣਾਏਗੀ ਜੇ ਇਹਨਾਂ ਇਲੈਕਸ਼ਨਾਂ ਦੇ ਵਿੱਚ ਇਹਨਾਂ ਰਾਜਾਂ ਦੇ ਵਿੱਚ ਕਾਰਗੁਜ਼ਾਰੀ ਕਿਹਦੀ ਵਧੀਆ ਰਹੂਗੀ ਐਨਡੀਏ ਵਧੀਆ ਚਲਾਏਗਾ ਜਾਂ ਇੰਡੀਆ ਅਲਾਈਅੰਸ ਜਿਹੜਾ ਆਈਐਨਡੀਆ ਆ ਉਹਦੀ ਕਾਰਗੁਜ਼ਾਰੀ ਨੂੰ ਜਾਂ ਉਹਦੇ ਨਵੇਂ ਰੂਪ ਨੂੰ ਨਵੇਂ ਫਾਰਮੇਸ਼ਨ ਨੂੰ ਲੋਕ ਕਿੰਨਾ ਕੋਈ ਐਕਸੈਪਟ ਕਰਦੇ ਆ ਉਹ ਇਹਨਾਂ ਪੰਜ ਰਾਜਾਂ 'ਚ ਹੋਣ ਵਾਲੀਆਂ ਚੋਣਾਂ ਦੇ ਉੱਤੇ ਨਿਰਭਰ ਕਰੇਗਾ ਕਿ ਲੋਕ ਕਿਵੇਂ ਲੈਂਦੇ ਆ ਪਰ ਇਹਦੇ ਨਾਲ ਨਾਲ ਲੋਕਾਂ ਨੂੰ ਫ੍ਰੀ ਵੀਜ਼ਾ ਲੋਕਾਂ ਵਾਸਤੇ ਮੁਫਤ ਦੀਆਂ ਰੇੜੀਆਂ ਇਹ ਸਾਰਾ ਕੁਝ ਦੌਰ ਜਿਹੜਾ ਚੱਲ ਪਿਆ ਹੈ ਜਿਹਨੂੰ ਲੈ ਕੇ ਸੁਪਰੀਮ ਕੋਰਟ ਵੀ ਸਖਤ ਹੋ ਗਿਆ ਸੁਪਰੀਮ ਕੋਰਟ ਦੇ ਨਾਲ ਨਾਲ ਚੋਣ ਕਮਿਸ਼ਨ ਵੀ ਸਖਤ ਆ ਇਹਦੀ ਪਟੀਸ਼ਨ ਸੁਪਰੀਮ ਕੋਰਟ ਵਿੱਚ ਵੈਸੇ ਪਈ ਹੋਈ ਆ ਜਲਦੀ ਵੀ ਸੁਣਵਾਈ ਪਿਆਕਰ ਇਹ ਜਿਹੜੀਆਂ ਮੁਫਤ ਦੀਆਂ ਰੇੜੀਆਂ ਇਹ ਦੇਣੀਆਂ ਚਾਹੀਦੀਆਂ ਜਾਂ ਨਹੀਂ ਦੇਣੀਆਂ ਚਾਹੀਦੀਆਂ ਇਹ ਲੋਕਾਂ ਨੂੰ ਪਰਮਾਉਣ ਵਾਲੀ ਗੱਲ ਆ ਤੇ ਇਹ ਜਿਹੜਾ ਸੂਬਿਆਂ ਦੇ ਖਜ਼ਾਨਿਆਂ ਦੇ ਉੱਤੇ ਵਾਧੂ ਭਾਰ ਪਾਉਣ ਵਾਲੀ ਗੱਲ ਆ ਜਿਵੇਂ ਕਿ ਪੰਜਾਬ ਵਿੱਚ ਆਪਾਂ ਦੇਖਦੇ ਆਂ ਚੋਣ ਕਮਿਸ਼ਨ ਨੇ ਵੀ ਆਪਣੀਆਂ ਤਿਆਰੀਆਂ ਆਰੰਭ ਦਿੱਤੀਆਂ ਆ ਉਹ ਵੱਖ-ਵੱਖ ਸੂਬਿਆਂ ਦੇ ਦੌਰੇ ਕਰ ਰਹੇ ਹਨ ਤੇ ਨਾਲ ਦੀ ਨਾਲ ਉਹਨਾਂ ਨੇ ਆਬਜ਼ਰਵਰਾਂ ਦੀ ਇੱਕ ਮੀਟਿੰਗ ਰੱਖੀ ਸੀ ਜੇ ਦੇ ਵਿੱਚ 900 ਤੋਂ ਵੱਧ ਆਬਜ਼ਰਵਰ ਜਿਹੜੇ ਆਏ ਸੀਗੇ ਇਹਨਾਂ ਰਾਜਾਂ ਦੀਆਂ ਰਾਜਾਂ ਦੇ ਜਿੱਥੇ-ਜਿੱਥੇ ਚੋਣਾ ਹੋਣੀ ਹੈ ਉਹ ਆਪਣੇ ਤੌਰ ਤੇ ਤਰਿਆ ਤਿਆਰੀ ਜਿਹੜੀ ਆ ਚੋਣ ਕਮਿਸ਼ਨ ਕਰ ਰਿਹਾ ਉਧਰ ਰਿਉੜੀਆਂ ਦੇ ਮਾਮਲੇ ਦੇ ਵਿੱਚ ਸੁਣਵਾਈ ਸੁਪਰੀਮ ਕੋਰਟ ਕਰ ਰਹੀ ਆ ਤੇ ਕੇਂਦਰ ਸਰਕਾਰ ਜਿਹੜੀ ਆ ਉਹ ਮਧ ਪ੍ਰਦੇਸ਼ ਵਿੱਚ ਕਿਉਂ ਕੀ ਉਹਨਾਂ ਦੀ ਪਹਿਲਾਂ ਹੀ ਭਾਜਪਾ ਦੀ ਆ ਰਾਜਸਥਾਨ ਦੇ ਵਿੱਚ ਕਾਂਗਰਸ ਦੀ ਆ ਤੇ ਛੱਤੀਸਗੜ੍ਹ ਚ ਕਾਂਗਰਸ ਦੀ ਆ ਹੁਣ ਉੱਥੇ ਉਹਨਾਂ ਦਾ ਜੋਰ ਇਸ ਕਰਕੇ ਲੱਗਾ ਹੋਇਆ ਕਿ ਮਧ ਪ੍ਰਦੇਸ਼ ਵਿੱਚ ਆਪਣੀ ਸਰਕਾਰ ਬਚਾਉਣੀ ਆ ਰਾਜਸਥਾਨ ਛੱਤੀਸਗੜ੍ਹ ਵਰਗੇ ਸੂਬੇ ਚ ਨਵੀਂ ਸਰਕਾਰ ਆਪਣੀ ਲਿਆਉਣੀ ਆ ਕਾਂਗਰਸ ਨੂੰ ਹਰਾ ਕੇ ਕਸ਼ਮਕਸ਼ ਚੱਲ ਰਹੀ ਆ ਭਾਜਪਾ ਆਪਣਾ ਜੋਰ ਕਾਂਗਰਸ ਵਾਲੇ ਵੀ ਆਪਣਾ ਜੋਰ ਲਾ ਰਹੇ ਆ ਪਰ ਉਹਨਾਂ ਰਾਜਾਂ ਦੇ ਵਿੱਚ ਕਾਂਗਰਸੀ ਬਹੁਤ ਹੀ ਸਰਗਰਮੀ ਹਜੇ ਦਿਖਾਈ ਨਹੀਂ ਦੇ ਰਹੀ ਕਿਉਂਕਿ ਉਹਨਾਂ ਦਾ ਜਿਹੜਾ ਇੱਕ ਭਪਾਲ ਦੇ ਵਿੱਚ ਰੈਲੀ ਹੋਣੀ ਆ ਜਿਹੜੀ ਸਾਂਝੀ ਨਵੇਂ ਗਠ ਜੋੜ ਦੀ ਆਈਐਨਡੀਆ ਦੇ ਉਹ ਉਹਦੇ ਤੋਂ ਉਹਨਾਂ ਦੀ ਸ਼ੁਰੂਆਤ ਹੋਣੀ ਆ ਚੋਣ ਮੂਹਮਮ ਦੀ ਉਹਨਾਂ ਰਾਜਾਂ ਦੇ ਵਿੱਚ ਤੇ ਗੱਲ ਇਹ ਵੀ ਨਿਕਲ ਕੇ ਆਈ ਸੀਗੀ ਸੂਤਰਾਂ ਦੇ ਹਵਾਲੇ ਨਾਲ ਕਿ ਇਹ ਇਲੈਕਸ਼ਨ ਆ ਜਿਹੜੀਆਂ ਆ ਸ਼ਾਇਦ 15 ਨਵੰਬਰ ਤੋਂ ਇਹਦਾ ਜਿਹੜਾ ਸ਼ਡਿਊਲ ਜੜਾ ਆ 15 ਨਵੰਬਰ ਤੋਂ ਵੋਟਾਂ ਦਾ ਐਲਾਨ ਹੋ ਸਕਦਾ ਐਲਾਨ ਪਵਾ ਅਗਲੇ ਹਫਤੇ ਹੀ ਹੋ ਜਾਏ ਮੋੜਲੇ ਹਫਤੇ ਦੇ ਵਿੱਚ ਹੀ ਪਰ ਵੋਟਾਂ ਦਾ ਸ਼ਡਿਊਲ ਜੜਾ ਉਹ ਡੇਟਾ ਜੜੀਆਂ ਉਹ 15 ਨਵੰਬਰ ਤੋਂ ਹੋਣ ਦੀ ਕਿੱਸ ਜੜੀ ਆ ਉਹ ਲਗਾਈ ਜਾ ਰਹੀ ਆ ਜਿਸ ਮੁੱਦੇ ਨੂੰ ਲੈ ਕੇ ਮੈਂ ਅੱਜ ਇਹ ਪ੍ਰੋਗਰਾਮ ਕੀਤਾ ਕਰ ਰਿਆਂ ਉਹ ਇਹ ਆ ਕੇ ਬੜਾ ਅਜੀਬੋ ਗਰੀਬ ਇੱਕ ਐਲਾਨ ਸੁਣਨ ਨੂੰ ਮਿਲਿਆ ਐਲਾਨ ਕੀ ਆ ਕਿ ਚੋਣ ਬੂਥ ਨੂੰ ਪੋਲਿੰਗ ਬੂਥ ਨੂੰ 51000 ਰੁਪਏ ਦਾ ਇਨਾਮ ਦਿੱਤਾ ਜਾਵੇਗਾ ਇਹ ਜਦੋਂ ਮੈਂ ਤੁਹਾਨੂੰ ਦੱਸ ਰਿਹਾ ਹਾਂ ਹੈਰਾਨ ਤੁਸੀਂ ਵੀ ਹੁੰਦੇ ਹੋਵੋਗੇ ਤਾਂ ਮੈਨੂੰ ਵੀ ਇਹ ਸੁਣ ਕੇ ਹੈਰਾਨੀ ਹੋਈ ਸੀ ਕਿ ਪੋਲਿੰਗ ਬੂਥ ਦੇ ਨਾਲ 51000 ਦਾ ਇਨਾਮ ਇਹ ਗੱਲ ਕੁਝ ਬਣਦੀ ਨਹੀਂ ਪਰ ਇਹ ਗੱਲ ਸਹੀ ਆ ਬੀਜਪੀ ਦੇ ਇੱਕ ਕਦਾਵਰ ਆਗੂ ਹਨ ਕੈਲਾਸ਼ ਵਿਜੇਵਰਗੀਆ ਬੜੇ ਸੀਨੀਅਰ ਲੀਡਰ ਹਨ ਪੁਰਾਣੇ ਆ ਕੇਂਦਰ ਦੇ ਵਿੱਚ ਵਜ਼ੀਰ ਵੀ ਰਹੇ ਹਨ ਉਹਨਾਂ ਨੂੰ ਮੱਧ ਪ੍ਰਦੇਸ਼ ਦੇ ਵਿੱਚ ਵਿਧਾਨ ਸਭਾ ਦੀ ਟਿਕਟ ਦਿੱਤੀ ਗਈ ਆ ਇੱਥੇ ਮੈਂ ਦੱਸ ਵੀ ਦਵਾਂ ਕਿ ਬੀਜੇਪੀ ਨੇ ਇੱਕ ਲਿਸਟ ਜਾਰੀ ਵੀ ਕਰ ਦਿੱਤੀ ਆ ਤੇ ਉਹਦੇ ਵਿੱਚ ਉਹਨਾਂ ਨੇ ਪੁਰਾਣੇ ਕਈਆਂ ਦੀ ਸ਼ਾਂਤੀ ਕਰਤੀ ਆ ਤੇ ਕਈ ਐਮਪੀਸ ਜਿਹੜੇ ਆ ਜਿਹੜੇ ਕੇਂਦਰ ਦੇ ਵਿੱਚ ਆ ਉਹਨਾਂ ਨੂੰ ਟਿਕਟਾਂ ਦੇ ਕੇ ਵਿਧਾਨ ਸਭਾ ਚੋਣਾਂ ਚ ਚੋਣ ਮੈਦਾਨ ਚ ਉਤਾਰਿਆ ਆ ਉਹਨਾਂ ਦੇ ਵਿੱਚ ਇੱਕ ਕੈਲਾਸ਼ ਵਿਜੇ ਵਰਗੀ ਆ ਜਿਹੜਾ ਆ ਇਹਨੂੰ ਦਿੱਤਾ ਗਿਆ ਹੈ ਕਿ ਇਹ ਮੱਧ ਪ੍ਰਦੇਸ਼ ਦੇ ਵਿੱਚ ਵਿਧਾਨ ਸਭਾ ਦੀ ਟਿਕਟ ਮਿਲੀ ਆ ਇਹ ਜਿਹੜਾ ਐਲਾਨ ਆ ਇਹ ਏਸੇ ਆਗੂ ਵੱਲੋਂ ਕੀਤਾ ਗਿਆ ਇਹ ਬੀਤੇ ਦਿਨੀਂ ਇੰਦੌਰ ਦੇ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦੇ ਪਏ ਸੀ ਤੇ ਉਹਨਾਂ ਨੇ ਕਿਹਾ ਕਿ ਕਿ ਜੇਸ ਪੋਲਿੰਗ ਬੂਥ ਦੇ ਉੱਤੇ ਕਾਂਗਰਸ ਨੂੰ ਇੱਕ ਵੀ ਵੋਟ ਨਹੀਂ ਪਵੇਗੀ ਉਸ ਪੋਲਿੰਗ ਬੂਥ ਦੇ ਮੁਖੀ ਨੂੰ ਉਸ ਪੋਲਿੰਗ ਬੂਥ ਦੇ ਚਲਾਉਣ ਵਾਲੇ ਆਗੂ ਨੂੰ ਮੈਂ 51000 ਰੁਪਏ ਦਾ ਇਨਾਮ ਦਵਾਂਗਾ ਤੇ ਵਿਜੇ ਵਰਗੀ ਜਿਹੜੇ ਆਏ ਇੰਦੌਰ ਇੱਕ ਅਸੈਂਬਲੀ ਸੀਟ ਤੋਂ ਚੋਣ ਲੜ ਰਹੇ ਹਨ ਉਹਨਾਂ ਨੇ ਇਹ ਗੱਲ ਬੜੇ ਜ਼ੋਰ ਦੇ ਕੇ ਕਹੀ ਆ ਕਿ ਕੇਵਲ ਤਾਂ ਕੇਵਲ ਭਾਜਪਾ ਨੂੰ ਵੋਟ ਪਾਉਣੀ ਆ ਕਾਂਗਰਸ ਨੂੰ ਇਸ ਵਾਰਡ ਇਸ ਵਾਰਡ ਦੇ ਵਿੱਚੋਂ ਇੱਕ ਵੀ ਵੋਟ ਨਹੀਂ ਪੈਣੀ ਚਾਹੀਦੀ ਆ ਤੇ ਮੈਂ ਇਹ ਐਲਾਨ ਕਰਦਾ ਆ ਕਿ ਇਸ ਪੋਲਿੰਗ ਬੂਥ ਦਾ ਜਿਹੜਾ ਵੀ ਇੰਚਾਰਜ ਹੋਵੇਗਾ ਜਿੱਥੇ ਕਾਂਗਰਸ ਨੂੰ ਇੱਕ ਵੀ ਵੋਟ ਨਹੀਂ ਮਿਲੂਗੀ ਉਸ ਪੋਲਿੰਗ ਬੂਥ ਦੇ ਇੰਚਾਰਜ ਨੂੰ ਮੈਂ 51000 ਇਨਾਮ ਦਊਗਾ ਤੇ ਉਥੇ ਤਾੜੀਆਂ ਗੂੰਜੀਆਂ ਹੁਣ ਹੈ ਤਾਂ ਹੈਰਾਨੀ ਵਾਲਾ ਬੜਾ ਤਕੜਾ ਦੇਖੋ ਲੋਕਤੰਤਰ ਦੇ ਵਿੱਚ ਡੈਮੋਕ੍ਰੇਸੀ ਦੇ ਵਿੱਚ ਇਹਨਾਂ ਨੇ 51 ਰੱਖਿਆ ਕੱਲ ਨੂੰ ਉਥੇ ਕਮਲਨਾਥ ਹੁਣੀ ਜਿਹੜੇ ਕਾਂਗਰਸ ਦੇ ਹੋ ਲੀਡਰ ਆ ਜਾਂ ਜਿਹੜੇ ਪਾਰਟੀਆਂ ਬਈ ਬੀਜੇਪੀ ਦੇ ਵਿਰੋਧੀ ਆ ਉਹ ਜਾ ਕੇ ਉਥੇ ਹੋਰ ਐਲਾਨ ਕਰਿਆ ਹੁਣ ਤੇ ਇਹ ਜਾਣਦੀ ਕਿਧਰ ਨੂੰ ਗੱਲ ਆ ਇਹ ਬੜੀ ਸੋਚਣ ਵਾਲੀ ਆ ਤੁਸੀਂ ਤਾਂ ਕਹਿਤਾ ਵੇ ਜਿਹੜਾ ਪੋਲਿੰਗ ਬੂਥ ਦਾ ਇੰਚਾਰਜ ਹੋਊਗਾ ਜੇ ਇੱਥੇ ਕਾਂਗਰਸ ਨੂੰ ਇੱਕ ਵੀ ਵੋਟ ਨਹੀਂ ਪਈ ਤੇ ਉਹਨੂੰ 51000 ਮਿਲੇਗਾ ਉਸ 51000 ਲੈਂਡ ਦੇ ਚੱਕਰ ਦੇ ਵਿੱਚ ਕੀ ਕੁਝ ਕਰੇਗਾ ਉਹ ਇਹਦਾ ਜ਼ਿੰਮੇਵਾਰ ਕੌਣ ਆ ਕਿੰਨੀਆਂ ਗੱਤਾਂ ਲੀਆਂ ਕਰੇਗਾ ਇਹਦਾ ਜ਼ਿੰਮੇਵਾਰ ਕੌਣ ਆ ਲੜਾਈ ਝਗੜਾ ਕਿੰਨਾ ਹੋਊਗਾ ਇਹਦੇ ਜ਼ਿੰਮੇਵਾਰ ਕੌਣ ਆ ਇੱਕ ਸਿਆਣੇ ਆਗੂ ਇੱਕ ਸੀਨੀਅਰ ਮੋਸਟ ਬੀਜੇਪੀ ਆਗੂ ਵਿਜੇ ਵਰਗਿਆ ਵਰਗੇ ਲੀਡਰ ਤੋਂ ਇਹ ਆਸ ਕੀਤੀ ਨਹੀਂ ਜਾ ਸਕਦੀ ਸੀ ਕਿ ਇਸ ਤਰੀਕੇ ਦਾ ਐਲਾਨ ਹੋਵੇ ਇਹਦੇ ਜਿਹੜੇ ਨਤੀਜੇ ਇਹਦੇ ਸਿੱਟੇ ਉਹਨਾਂ ਨੇ ਪਹਿਲਾਂ ਇਹ ਅਵਾਸ ਹੀ ਨਹੀਂ ਕੀਤਾ ਉਹਨਾਂ ਨੇ ਇਸ ਦਾ ਕਿਆਸ ਹੀ ਨਹੀਂ ਲਾਇਆ ਕਿ ਜੋ ਮੈਂ ਐਲਾਨ ਕਰਨ ਜਾ ਰਿਹਾ ਉਹਦਾ ਇਹ ਸਿੱਟਾ ਕੀ ਨਿਕਲੇਗਾ ਕੁਦਰਤੀ ਗੱਲ ਹੈ ਅਬ ਜੇਸ ਬੰਦੇ ਨੂੰ 51000 ਦਾ ਇੱਕ ਪੋਲਿੰਗ ਬੂਥ ਤੇ ਇੱਕ ਦਿਨ ਦਾ ਮਿਲ ਜਾਵੇ ਇਨਚਾਰਜ ਨੂੰ ਇਹ ਵੀ ਨਹੀਂ ਕਿ ਉੱਥੇ ਇਕੱਲਾ ਇਨਚਾਰਜ ਥੋੜੀ ਹੁੰਦਾ ਨਾ ਪੋਲਿੰਗ ਬੂਥ ਤੇ ਬੈਠਾ ਉੱਥੇ ਉਸ ਪਾਰਟੀ ਦੇ ਨੁਮਾਇੰਦੇ ਨਾਲ ਕੁਛ ਇੱਕ ਚਾਰ ਪੰਜ ਜਣੇ ਬੈਠੇ ਹੁੰਦੇ ਆ ਜਿਆਦਾ ਵੀ ਹੁੰਦੇ ਕਈ ਵਾਰ ਬੈਠੇ ਪੋਲਿੰਗ ਬੂਥ ਜਿਸ ਤਰੀਕੇ ਨਾਲ ਭੀੜ ਆਉਂਦੀ ਆ ਉਸ ਤਰੀਕੇ ਨਾਲ ਮੁਰੇ ਉਹਨਾਂ ਨੂੰ ਸਾਹਮਣੇ ਵਾਲੇ ਜਿਹੜੇ ਵੋਟਾ ਵੋਟਰਾਂ ਨੂੰ ਉਹ ਜਿਆਦਾ ਗਿਣਤੀ ਜੇ ਬੈਠੇ ਹੁੰਦੇ ਆ ਤੇ ਕੇਵਲ ਇੱਕ ਇਨਚਾਰਜ ਨੂੰ ਮਿਲਣਾ ਤੇ ਉਹ ਤਾਂ ਫਿਰ ਧੱਕੇ ਨਾਲ ਵੀ ਕਹੂਗਾ ਵੀ ਜੇ ਇੱਧਰ ਵੋਟ ਪਾਈ ਕਾਂਗਰਸ ਨੂੰ ਤਾਂ ਦੇਖ ਲਿਓ ਭਾਜੀਪੀ ਨੂੰ ਵੋਟ ਪਾਉਣੀ ਆ ਸਰਕਾਰ ਉਹਨਾਂ ਦੀ ਰਾਜ ਉੱਥੇ ਉਹਨਾਂ ਦੀ ਸ਼ਿਵਰਾਜ ਸਿੰਘ ਮੁੱਖ ਮੰਤਰੀ ਤੇ ਭਾਜਪਾ ਦਾ ਰਾਜ ਆ ਤੇ ਉਹ ਹਜੇ ਵੋਟਾਂ ਦਾ ਐਲਾਨ ਹੋਇਆ ਨਹੀਂ ਤੇ ਇਸ ਤੋਂ ਪਹਿਲਾਂ ਹੀ ਇਹ ਐਲਾਨ ਕਰ ਦੇਣਾ ਕਿ 51000 ਦਾ ਇਨਾਮ ਦਿੱਤਾ ਜਾਵੇਗਾ ਤਾਂ ਉਸ ਪੋਲਿੰਗ ਬੂਥ ਵਾਲੇ ਇੰਚਾਰਜ ਨੇ ਹੁਣ ਤੋਂ ਹੀ ਉਥੋਂ ਦੇ ਲੋਕਾਂ ਨੂੰ ਡਰਾਉਣਾ ਸ਼ੁਰੂ ਕਰ ਦੇਣਾ ਪੁਲਿਸ ਦਾ ਡਰਾਵਾ ਦੇਣ ਲੱਪੈਣਾ ਏਜੰਸੀਆਂ ਦਾ ਡਰਾਵਾ ਦੇਣ ਲੱਪੈਣਾ ਜੇ ਕਾਂਗਰਸ ਨੂੰ ਵੋਟ ਪਈ ਜੇ ਕਾਂਗਰਸ ਨੂੰ ਵੋਟ ਕਿਸੇ ਨੇ ਪਾਈ ਤਾਂ ਦੇਖ ਲਿਓ ਸੋ ਇਹ ਜਿਹੜਾ ਹੈ ਕਿ ਟ੍ਰੈਂਡ ਜਿਹੜਾ ਪਾਰ ਰਿਹਾ ਹੈ ਆ ਬੀਜੇਪੀ ਵਾਲੇ ਜਿਹੜੇ ਕਿ ਚਾਹੇ ਇਸ ਇਹਨਾਂ ਦੇ ਨਾਲ ਬੀਜੇਪੀ ਦੇ ਹੋਰ ਆਗੂ ਸਹਿਮਤ ਹੋਣ ਜਾਂ ਨਾ ਹੋਣ ਉਹ ਵੱਖਰੀ ਗੱਲ ਆ ਪਰ ਇੱਕ ਜਿਹੜੀ ਗੱਲ ਇਸ ਤਰੀਕੇ ਨਾਲ ਕਹਿ ਦੇਣੀ ਉਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਮਾਇਨੇ ਰੱਖਦੀ ਆ ਵੀ ਦੇਖੋ ਇੱਕ ਨੈਸ਼ਨਲ ਲੈਵਲ ਦਾ ਲੀਡਰ ਇਦਾਂ ਕਹਿ ਰਿਹਾ ਤੇ ਇਹਦਾ ਜਿਹੜਾ ਆਊਟਕਮ ਜਿਹੜਾ ਸਿੱਟਾ ਕੀ ਨਿਕਲਣਾ ਹੈ ਨਤੀਜਾ ਕੀ ਹੋਣਾ ਲੜਾਈ ਝਗੜੇ ਨੂੰ ਥਾਂ ਕਰ ਦੇਣੀ ਆ ਲੋਕਾਂ ਨੂੰ ਹੁਣੇ ਉਹ ਵੋਟਰਾਂ ਨੂੰ ਡਰਾਉਣਾ ਧਮਕਾਣਾ ਸ਼ੁਰੂ ਕਰ ਦੇਣਾ ਤੇ ਕੀ ਇਹਦੇ ਤੋਂ ਇੱਕ ਅੰਦਾਜ਼ਾ ਲਾਇਆ ਜਾ ਸਕਦਾ ਕਿ ਬੀਜੇਪੀ ਉੱਥੇ ਮਧ ਪ੍ਰਦੇਸ਼ ਹਾਰ ਰਹੀ ਆ ਇਹ ਵੀ ਗੱਲ ਹੋ ਸਕਦੀ ਨਾ ਲੇਕਿਨ ਸਵਾਲ ਤਾਂ ਲੋਕਾਂ ਦੇ ਮਨਾਂ 'ਚ ਇਹ ਉੱਠਣਗੇ ਕਿ ਇਹ ਬੰਦਾ ਬੀਜੇਪੀ ਵਾਲਾ ਇਦਾਂ ਕਹਿ ਰਿਹਾ ਇਟ ਮੀਨਸ ਬੀਜੇਪੀ ਇੱਥੇ ਹਾਰ ਰਹੀ ਆ ਜਿਹੜਾ ਇਹਨਾਂ ਨੂੰ ਇਸ ਤਰੀਕੇ ਦੇ ਹੱਥਕੰਡੇ ਇਹਨਾਂ ਨੂੰ ਇਸ ਤਰੀਕੇ ਦੇ ਐਲਾਨ ਅਵਾਰਡ ਇਨਾਮ ਐਲਾਨੇ ਪੈ ਐਲਾਨੇ ਪੈ ਰਹੇ ਆ ਕਈ ਤਰ੍ਹਾਂ ਦੇ ਸਵਾਲ ਖੜੇ ਹੁੰਦੇ ਆ ਪਰ ਇਹ ਇਹਦਾ ਜਿਹੜਾ ਆ ਸ਼ਾਇਦ ਚੋਣ ਕਮਿਸ਼ਨ ਵੀ ਨੋਟਿਸ ਲਵੇ ਇਸ ਗੱਲ ਦਾ ਕਿ ਆ ਤਾਂ ਕੋਈ ਤਰੀਕਾ ਨਹੀਂ ਨਾ ਹੋਇਆ ਆਪਾਂ ਜੇ ਕਹਿ ਦਈਏ ਪਈ ਡੈਮੋਕ੍ਰੇਸੀ ਦੇ ਵਿੱਚ ਕਿਸੇ ਨੂੰ ਆਪਾਂ ਰੋਕ ਨਹੀਂ ਸਕਦੇ ਲੋਕਤੰਤਰ ਦੇ ਵਿੱਚ ਹਰੇਕ ਨੂੰ ਵੋਟ ਪਾਉਣ ਦਾ ਹੱਕ ਆ ਹਰੇਕ ਨੂੰ ਇਸ ਗੱਲ ਦਾ ਪੂਰਾ ਅਧਿਕਾਰ ਆ ਕਿ ਉਹ ਆਪਣੇ ਕਿਸੇ ਵੀ ਨੁਮਾਇੰਦੇ ਨੂੰ ਕਿਸੇ ਵੀ ਪਾਰਟੀ ਦੇ ਬੰਦੇ ਨੂੰ ਵੋਟ ਪਾ ਸਕਦਾ ਆ ਆਪਾਂ ਕਿਸੇ ਨੂੰ ਜ਼ਬਰਦਸਤੀ ਕਰਕੇ ਕਿਸੇ ਦੇ ਉੱਤੇ ਗੱਲ ਤੇ ਗੁੱਠਾ ਦੇ ਕੇ ਥੋੜੀ ਨਾ ਵੋਟ ਕਵਾ ਸਕਦੇ ਹੁਣ ਜਦੋਂ ਇਹ ਇਨਾਮ ਰੱਖ ਦਿੱਤਾ ਤੇ ਉਹ ਬੰਦਾ ਤਾਂ ਫੇਰ ਗੱਲ ਤੇ ਗੁੱਠਾ ਦੇ ਕੇ ਪਾਊਗਾ ਨਾ ਭਾ ਇਨਾਮ ਲੈਣਾ ਉਹਨੇ ਜਿਸ ਬੰਦੇ ਨੇ ਇਨਾਮ ਲੈਣਾ 51000 ਦਾ ਬੇਸ਼ੱਕ ਭਾਵੇਂ ਉਹਦੇ ਲਈ ਛੋਟਾ ਹੀ ਹੋਵੇ ਉੱਥੇ ਬੈਠਾ ਆਗੂ ਬੇਸ਼ੱਕ ਵੱਡਾ ਹੋਵੇ 51000 ਦੇ ਲੈਵਲ ਦਾ ਨਾਂ ਵੀ ਹੋਵੇ ਪਰ ਇਨਾਮ ਤਾਂ ਇਨਾਮ ਹੀ ਆ ਨਾ ਉਸ ਇਨਾਮ ਪਾਉਣ ਖਾਤਰ ਉੱਥੇ ਉਹ ਜੋ ਮਰਜ਼ੀ ਕਰੇ ਜੋ ਮਰਜ਼ੀ ਧੰਦਲੀਆਂ ਕਰੇ ਡਰਾਵੇ ਧਮਕਾਵੇ ਵੋਟਰਾਂ ਨੂੰ ਲਾਲਚ ਦੇਵੇ ਸੋ ਇਹ ਗੱਲ ਜਿਹੜੀ ਆ ਲੋਕਤੰਤਰ ਵਾਸਤੇ ਇਹ ਠੀਕ ਨਹੀਂ ਸਾਬਤ ਹੁੰਦੀ ਚੋਣ ਕਮਿਸ਼ਨ ਦੇ ਵੀ ਲੱਗਦਾ ਇਹਦਾ ਇਹ ਨੋਟਿਸ ਲਵੇਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਸ਼ਾਇਦ ਉਸ ਆਗੂ ਨੂੰ ਵਿਜੇ ਵਰਗੀ ਨੂੰ ਨੋਟਿਸ ਵੀ ਜਾਵੇ ਪਰ ਬੀਜੇਪੀ ਇਸ ਸੰਬੰਧ ਚ ਕੀ ਸਟੈਂਡ ਰੱਖਦੀ ਹੈ ਬੀਜੇਪੀ ਦੀ ਜਿਹੜੀ ਸੀਨੀਅਰ ਲੀਡਰਸ਼ਿਪ ਕੀ ਸਟੈਂਡ ਰੱਖਦੀ ਆ ਉਹਨਾਂ ਦਾ ਹਜੇ ਕੋਈ ਪ੍ਰਤੀਕਰਮ ਨਹੀਂ ਆਇਆ ਪਰ ਇਹ ਹੈ ਅਜੀਬੋ ਗਰੀਬ ਐਲਾਨ ਆ ਚੋਣਾਂ ਦੇ ਵਿੱਚ ਅੱਜ ਤੱਕ ਜੇ ਆਪਾਂ ਦੇਖੀਏ ਭਾਰਤ ਦੇ 70 ਸਾਲ ਦੇ ਇਤਿਹਾਸ ਵਿੱਚ ਇੰਝ ਵੋਟਾਂ ਨੂੰ ਦਾ ਵੋਟਰਾਂ ਨੂੰ ਲੁਭਾਉਣ ਲਈ ਆ ਐਲਾਨ ਜਿਹੜਾ ਪਹਿਲੀ ਵਾਰ ਸੁਣਨ ਨੂੰ ਔਰ ਦੇਖਣ ਨੂੰ ਮਿਲਿਆ ਆ ਸੋ ਅੱਜ ਲਈ ਇਹਨਾਂ ਤੁਸੀਂ ਦੇਖਦੇ ਰਹੋ ਅਜੀਤ ਵੈਬ ਟੀਵੀ ਧੰਨਵਾਦ